ਦੋਸਤੋ ਸਤਿ ਸ਼੍ਰੀ ਅਕਾਲ ਜੀ। ਸੋ ਫਾਦਰਸ ਡੇ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। 2 ਮਿੰਟ ਦੀਆਂ ਕੁਝ ਕੁ ਲਾਈਨਾਂ ਨੇ, ਇੱਕ ਛੋਟੀ ਜਿਹੀ ਸਟੋਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਫਾਦਰਸ ਡੇ 'ਤੇ ਸਾਂਝੀ ਕਰਨੀ ਚਾਹੁੰਦਾ। ਇੱਕ ਮੁੰਡਾ ਜਿਹੜਾ ਹੈਗਾ ਉਹ ਜੌਬ ਲੱਭਣ ਜਾਂਦਾ, ਬਹੁਤ ਪੜ੍ਹਿਆ ਲਿਖਿਆ, ਆਪਣੀ ਫਾਈਲ ਹੱਥ 'ਚ ਆ ਅਤੇ ਆਫਿਸ ਦੇ ਵਿੱਚ ਜਾਂਦਾ। ਜਦੋਂ ਆਪਣੇ ਬੌਸ ਨੂੰ ਜਾ ਕੇ ਹੱਥ ਮਿਲਾਉਂਦਾ, ਹੈਲੋ ਕਰਦਾ, ਅਤੇ ਉਹਦਾ ਬੌਸ ਪਹਿਲਾਂ ਉਹਦੇ ਵੱਲ ਦੇਖਦਾ ਵੀ ਪੜ੍ਹਿਆ ਲਿਖਿਆ ਤਾਂ ਕਾਫੀ ਲੱਗਦਾ, ਕਾਫੀ ਭਾਰੀ ਜਿਹੜੀ ਉਹਦੀ ਫਾਈਲ ਆ ਉਹਦੀ, ਅਤੇ ਉਹ ਉਹਨੂੰ ਬੈਠਣ ਲਈ ਆਖਦਾ ਉਹਦਾ ਬੌਸ। ਅਤੇ ਉਹ ਫਾਈਲ ਦੇਖ ਕੇ ਉਹਦੇ ਵਿੱਚੋਂ ਜਿਉਂ ਜਿਉਂ ਪੱਤਰੇ ਲੱਦੀ ਜਾਂਦਾ, ਅਤੇ ਕਦੇ ਉਹਦੇ ਸਰਟੀਫਿਕੇਟ ਵੱਲ ਝਾਕਦਾ ਅਤੇ ਕਦੇ ਉਸ ਮੁੰਡੇ ਵੱਲ ਝਾਕਦਾ। ਅਤੇ ਥੋੜ੍ਹੇ ਪਲਾਂ ਬਾਅਦ ਉਹ ਮੁੰਡੇ ਨੂੰ ਪੁੱਛਦਾ, ਕਹਿੰਦਾ ਕਾਫੀ ਡਿਗਰੀਆਂ ਕੀਤੀਆਂ ਹੋਈਆਂ ਨੇ ਅਤੇ ਮੈਰਿਟ ਦੇ ਵਿੱਚ ਤੇਰਾ ਨਾਮ ਵੀ ਆਇਆ ਹੋਇਆ, ਚੰਗੇ ਸਕੂਲ ਦਾ ਪੜ੍ਹਿਆ ਲਿਖਿਆ, ਅਤੇ ਤੂੰ ਨਾਲ ਪਾਰਟ ਟਾਈਮ ਜੋਬ ਕਰਦਾ ਸੀਗਾ ਜਿਹੜੀ ਇੰਨੀਆਂ ਡਿਗਰੀਆਂ ਕਰਨੀਆਂ, ਨਾਲ ਤੂੰ ਇੰਨੇ ਡਿਪਲੋਮੇ ਨਾਲ ਲਾਈ ਫਿਰਦਾ, ਪਾਰਟ ਟਾਈਮ ਜੋਬ ਕਰਦਾ ਸੀ? ਉਹ ਮੁੰਡਾ ਹੱਸ ਕੇ ਕਹਿੰਦਾ, ਨਹੀਂ ਸਰ, ਤੁਸੀਂ ਪਾਰਟ ਟਾਈਮ ਦੀ ਗੱਲ ਕਰਦੇ ਹੋ, ਮੈਂ ਤਾਂ ਕਦੇ ਘਰੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਹੈਗਾ। ਬੌਸ ਫਿਰ ਹੋਰ ਥੋੜ੍ਹਾ ਜਿਹਾ ਹੈਰਾਨ ਹੋ ਜਾਂਦਾ ਵੀ ਇੰਨੇ ਸੋਹਣੇ ਨੰਬਰ ਲਏ ਹੋਏ ਆ, ਇੰਨੇ ਸੋਹਣੇ ਸਕੂਲ ਦੇ ਵਿੱਚ ਪੜ੍ਹਿਆ ਹੋਇਆ, ਪਾਣੀ ਦਾ ਗਲਾਸ ਕਹਿੰਦਾ ਘਰੋਂ ਮੈਂ ਕਦੇ ਚੱਕ ਕੇ ਨਹੀਂ ਪੀਤਾ, ਜਦੋਂ ਮੈਂ ਇਹਦੇ ਨਾਲ ਹੱਥ ਮਿਲਾਇਆ ਸੀ ਅਤੇ ਇਹਦੇ ਹੱਥ ਵੀ ਬੜੇ ਨਰਮ ਸੀਗੇ। ਅਤੇ ਫਿਰ ਉਹ ਅਗਲਾ ਕੁਸ਼ਚਨ ਇਹ ਪੁੱਛਦਾ ਕਿ ਤੈਨੂੰ ਕੋਈ ਵਜ਼ੀਫਾ ਵਗੈਰਾ ਲੱਗਿਆ ਸੀ ਤੂੰ ਉਹਦੇ 'ਤੇ ਪੜ੍ਹਿਆ? ਉਹ ਫਿਰ ਹੱਸਦਾ ਮੁੰਡਾ, ਕਹਿੰਦਾ ਸਰ ਅੱਜ ਕੱਲ੍ਹ ਵਜ਼ੀਫਿਆਂ ਦੇ ਵਿੱਚ ਕੀ ਮਿਲਦਾ ਜੀ, ਕਿਤਾਬਾਂ ਬਹੁਤ ਮਹਿੰਗੀਆਂ ਨੇ, ਪੜ੍ਹਾਈ ਬਹੁਤ ਮਹਿੰਗੀ ਆ। ਅਤੇ ਬੌਸ ਥੋੜ੍ਹਾ ਜਿਹਾ ਹੋਰ ਹੈਰਾਨ ਹੁੰਦਾ ਅਤੇ ਤੀਸਰਾ ਫਿਰ ਕੁਸ਼ਚਨ ਪੁੱਛਦਾ, ਕਹਿੰਦਾ ਵੀ ਤੇਰੇ ਡੈਡੀ ਕੀ ਜੋਬ ਕਰਦੇ ਆ? ਜਦੋਂ ਇਹ ਗੱਲ ਹਜੇ ਪੁੱਛਦੇ ਆ ਕਿ ਡੈਡੀ ਕੀ ਜੋਬ ਕਰਦੇ, ਸ਼ਾਇਦ ਬੌਸ ਨੂੰ ਲੱਗਦਾ ਸੀ ਕਿ ਬਹੁਤ ਅਮੀਰ ਪਿਓ ਦਾ ਇਹ ਪੁੱਤ ਹੋਣਾ। ਉਹ ਮੁੰਡਾ ਨੀਮ ਹੀ ਪਾ ਲੈਂਦਾ, ਅੱਖਾਂ ਝੁਕ ਜਾਂਦੀਆਂ ਉਹਦੀਆਂ ਜਦ ਡੈਡੀ ਦੇ ਨਾਮ ਆਇਆ ਨਾ ਕਿ ਡੈਡੀ ਤੇਰੇ ਕੀ ਕੰਮ ਕਰਦੇ ਆ, ਅੱਖਾਂ ਝੁਕਾ ਲੈਂਦਾ। ਅਤੇ ਉਹ ਕਹਿੰਦਾ ਜੀ ਉਹ ਲੋਹੇ ਦਾ ਕੰਮ ਕਰਦੇ ਆ ਅਤੇ ਮੇਰੇ ਫਾਦਰ ਸਾਹਿਬ ਲੋਹਾਰ ਨੇ। 2 ਪਲਾਂ ਦੇ ਲਈ ਬੌਸ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਣ ਦੀ ਕੋਸ਼ਿਸ਼ ਕਰਦਾ ਅਤੇ ਨਾਲ ਹੀ ਉਹਨੂੰ ਕਹਿ ਦਿੰਦਾ ਕਿ ਤੇਰੀ ਜੌਬ ਪੱਕੀ ਆ, ਪਰ ਮੇਰੀ ਇੱਕ ਕੰਡੀਸ਼ਨ ਆ, ਜੌਬ ਤੇਰੀ ਪੱਕੀ ਆ, ਅਪਾਇੰਟਮੈਂਟ ਲੈਟਰ ਤੈਨੂੰ ਮੈਂ ਕੱਲ੍ਹ ਨੂੰ ਦੇਣੀ ਆ, ਤੂੰ ਅੱਜ ਘਰ ਜਾਣਾ, ਘਰ ਜਾ ਕੇ ਆਪਣੇ ਡੈਡੀ ਦੇ ਜਿਹੜੇ ਹੱਥ ਨੇ 2 ਮਿੰਟ ਦੇ ਲਈ, ਪੂਰੇ 2 ਮਿੰਟ, ਘੜੀ ਤੋਂ ਟਾਈਮ ਦੇਖ ਲਈ, 2 ਮਿੰਟ ਲਈ ਆਪਣੇ ਡੈਡੀ ਦੇ ਹੱਥਾਂ ਵੱਲ ਦੇਖਣਾ, ਆਪਣੇ ਫਾਦਰ ਸਾਹਿਬ ਦੇ ਹੱਥਾਂ ਦੇ ਵੱਲ ਤੂੰ ਝਾਕਣਾ। ਮੁੰਡਾ ਉੱਥੋਂ ਸੋਚਦਾ ਕਿ ਯਾਰ ਇਹ ਕੈਸੀ ਕੰਡੀਸ਼ਨ ਆ ਕਿ ਮੈਂ ਘਰ ਜਾਵਾਂ ਅਤੇ ਆਪਣੇ ਫਾਦਰ ਸਾਹਿਬ ਦੇ 2 ਮਿੰਟ ਲਈ ਹੱਥਾਂ ਵੱਲ ਦੇਖਾਂ, ਕੈਸੀ ਕੰਡੀਸ਼ਨ ਆ? ਉਹ ਕਰ ਨਹੀਂ ਸਕਦਾ ਕੁਛ ਵੀ, ਕਹਿ ਨਹੀਂ ਸੀ ਸਕਦਾ ਬੌਸ ਨੂੰ ਕੁਛ ਵੀ। ਘਰ ਚਲੇ ਜਾਂਦਾ, ਜਦੋਂ ਘਰ ਜਾਂਦਾ ਪਿਓ ਪੁੱਛਦਾ, ਪੁੱਤਰ ਜੌਬ ਤੇਰੀ ਪੱਕੀ ਹੋ ਗਈ? ਕਹਿੰਦਾ ਜੌਬ ਤਾਂ ਪੱਕੀ ਆ, ਪਰ ਇੱਕ ਬੌਸ ਨੇ ਕੰਡੀਸ਼ਨ ਲਾਈ ਆ, ਕੱਲ੍ਹ ਨੂੰ ਅਪਾਇੰਟਮੈਂਟ ਲੈਟਰ ਮਿਲਣੀ ਆ ਕਿ ਜਾ ਕੇ ਘਰ ਆਪਣੇ ਫਾਦਰ ਸਾਹਿਬ ਦੇ 2 ਮਿੰਟ ਲਈ ਹੱਥਾਂ ਵੱਲ ਦੇਖਣਾ, ਬਾਪੂ ਜੀ ਮੈਨੂੰ ਆਪਣੇ ਹੱਥ ਦਿਖਾਇਓ। ਜਦੋਂ ਹੀ ਉਹ ਆਪਣੇ ਪਿਓ ਦੇ ਹੱਥਾਂ ਵੱਲ ਦੇਖਦਾ, ਉਹ 2 ਮਿੰਟ ਆ ਜਿਹੜੇ ਉਹਨੂੰ 2 ਸਾਲਾਂ ਵਰਗੇ ਲੱਗਣ ਲੱਗ ਜਾਂਦੇ ਆ। ਉਹਦੇ ਅੱਖਾਂ ਦੇ ਵਿੱਚੋਂ ਅੱਥਰੂ ਆ, ਤ੍ਰਿਪ ਤ੍ਰਿਪ ਆਪਣੇ ਪਿਓ ਦੇ ਹੱਥਾਂ ਤੇ ਡਿੱਗਣ ਲੱਗ ਜਾਂਦੇ ਆ, ਕਿਉਂਕਿ ਉਹ ਜਦੋਂ ਆਪਣੇ ਪਿਓ ਦੇ ਹੱਥਾਂ ਵੱਲ ਦੇਖਦਾ, ਉਹ ਪਿਓ ਦੇ ਹੱਥ ਬਹੁਤ ਖੜਦੜੇ ਆ, ਉਹ ਪਿਓ ਦੇ ਹੱਥ ਬਹੁਤ ਝਰੀਟਾਂ ਉਹਦੇ ਪਿਓ ਦੇ ਹੱਥਾਂ ਤੇ ਪਈਆਂ ਹੋਈਆਂ, ਬਹੁਤ ਬਿਆਈਆਂ ਉਹਦੇ ਪਿਓ ਦੇ ਹੱਥਾਂ ਤੇ ਪਾਟੀਆਂ ਹੋਈਆਂ, ਉਹਦੇ ਹੰਝੂ ਉਹਦੇ ਪਿਓ ਦੇ ਹੱਥਾਂ ਤੇ ਡਿੱਗਦਾ। ਤੇ ਉਹ ਇਹ ਗੱਲ ਸੋਚਦਾ ਕਿ ਯਾਰ ਅੱਜ ਤੱਕ ਮੈਂ ਕਦੇ ਇਹ ਹੱਥ ਦੇਖੇ ਹੀ ਨਹੀਂ ਸੀ, ਜਿਹੜੀ ਪੜ੍ਹਾਈ ਮੈਂ ਸਮਝੀ ਜਾਂਦਾ ਕਿ ਪੜ੍ਹਾਈ ਮੈਂ ਕੀਤੀ ਆ, ਇਹ ਪੜ੍ਹਾਈ ਮੈਂ ਨਹੀਂ ਕੀਤੀ, ਇਹ ਪੜ੍ਹਾਈ ਮੇਰੇ ਇਹ ਪਿਓ ਨੇ ਕੀਤੀ ਆ, ਇਹ ਪੜ੍ਹਾਈ ਇਹ ਪਿਓ ਦੀ ਆ। ਜੇ ਇੰਨੀ ਮਿਹਨਤ ਨਾ ਕਰਦਾ, ਆਹ ਹਾਲ ਇਹਦਾ ਨਹੀਂ ਸੀ ਹੋਣਾ, ਜੇ ਇਹ ਇੰਨੀ ਮਿਹਨਤ ਨਾ ਕਰਦਾ ਤਾਂ ਸ਼ਾਇਦ ਮੈਂ ਉਸ ਸਕੂਲ ਦੇ ਵਿੱਚ ਨਾ ਪੜ੍ਹ ਪਾਉਂਦਾ ਅਤੇ ਸ਼ਾਇਦ ਮੈਂ ਉਹ ਜਿਹੜੇ ਮਾਰਕਸ ਲਏ, ਉਹ ਜਿਹੜਾ ਮੈਂ ਮੈਰਿਟ ਦੇ ਵਿੱਚ ਆਇਆ, ਸ਼ਾਇਦ ਮੈਂ ਨਾ ਆ ਪਾਉਂਦਾ ਜੇ ਮੇਰਾ ਪਿਓ ਇੰਨੀ ਮਿਹਨਤ ਨਾ ਕਰਦਾ, ਮੈਂ ਇਹਦੇ ਹੱਥਾਂ ਵੱਲ ਕਦੇ ਦੇਖਿਆ ਨਹੀਂ ਅਤੇ ਮੈਨੂੰ ਇਹ ਅਹਿਸਾਸ ਵੀ ਕਦੇ ਨਹੀਂ ਸੀ ਹੋਇਆ। ਬਸ ਗੱਲ ਸਿਰਫ ਸਮਝਣ ਦੀ ਇੰਨੀ ਕੁ ਸੀ ਕਿ ਪੜ੍ਹਾਈ ਕਰਨ ਦੇ ਲਈ ਤੁਹਾਡਾ ਜਿਹੜਾ ਪਿਓ ਆ, ਤੁਹਾਡਾ ਜਿਹੜਾ ਫਾਦਰ ਸਾਹਿਬ ਨੇ, ਉਹਨਾਂ ਦੀ ਮਿਹਨਤ ਨੂੰ ਕਈ ਵਾਰ ਅਣਗੌਲਿਆ ਕਰ ਜਾਂਦੇ ਹਾਂ ਅਸੀਂ। ਸੋ ਉਹ ਇੰਨੀ ਕੁ ਗੱਲ ਬਸ ਉੱਥੋਂ ਸਮਝਦਾ ਅਤੇ ਦੂਸਰੇ ਦਿਨ ਜਦੋਂ ਬੌਸ ਕੋਲ ਜਾਂਦਾ ਅਤੇ ਬੌਸ ਪੁੱਛਦਾ ਕਿ ਹੱਥਾਂ ਵੱਲ ਦੇਖਿਆ, ਕਿਹਾ ਕੁਝ ਵੀ ਨਹੀਂ ਗਿਆ, ਤ੍ਰਿਪ ਤ੍ਰਿਪ ਕਰਕੇ ਰੋਣ ਲੱਗ ਪਿਆ ਅਤੇ ਬੌਸ ਨੇ ਆਪ ਖੜ੍ਹੇ ਹੋ ਕੇ ਹੱਥ ਮਿਲਾਇਆ, ਕਹਿੰਦਾ ਹੁਣ ਤੇਰੀ ਜੌਬ ਪੱਕੀ ਆ। ਸੋ ਦੋਸਤੋ, ਅਸੀਂ ਅੱਜ ਉਹਨਾਂ ਸਾਰੇ ਫਾਦਰਸ ਨੂੰ ਸਲਿਊਟ ਕਰਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ, ਜੇ ਤਾਂ ਇਹ ਅਹਿਸਾਸ ਸਾਨੂੰ ਹੈਗਾ ਕਿ ਸਾਡਾ ਪਿਓ, ਸਾਡਾ ਬਾਪੂ ਜਿਹਦੇ ਸਿਰ 'ਤੇ ਅਸੀਂ ਮੌਜਾਂ ਮਾਣਦੇ ਹਾਂ, ਉਹਦੀ ਮਿਹਨਤ ਦੇ ਸਦਕਾ ਅਸੀਂ ਅੱਜ ਜੋ ਵੀ ਹਾਂ ਇੱਥੇ, ਉਹਦੇ ਸਦਕਾ ਹਾਂ।
ਤਾਂ ਬਹੁਤ ਵਧੀਆ ਗੱਲ ਹੈ। ਜੇ ਕਿਤੇ ਥੋੜਾ ਮੋਟਾ ਵੀ ਇੱਧਰ ਉੱਧਰ ਅਸੀਂ ਭਟਕੇ ਹੋਏ ਸੀ ਜਾਂ ਕਿਤੇ ਸਾਨੂੰ ਲੱਗ ਰਿਹਾ ਸੀ ਯਾਰ ਕਦੇ ਸੋਚਿਆ ਨਹੀਂ ਸੀ, ਕਦੇ ਅਹਿਸਾਸ ਨਹੀਂ ਸੀ ਹੋਇਆ, ਸੋ ਅੱਜ ਦੀ ਇਸ ਵੀਡੀਓ ਤੋਂ ਬਾਅਦ ਜ਼ਰੂਰ ਥੋੜਾ ਜਿਹਾ ਅਹਿਸਾਸ ਆਪਾਂ ਸਾਰੇ ਕਰੀਏ। ਸੋ ਆ ਸਕੇ ਤੁਹਾਨੂੰ ਪਸੰਦ ਆਈ ਹੋਗੀ, ਦਿਓ ਆਗਿਆ, ਸਤਿ ਸ਼੍ਰੀ ਅਕਾਲ ਜੀ।